ਪੁਲਿਸ ਦੇ ਅੱਗੇ ਰੋਂਦਾ ਕੁਰਲਾਉਂਦਾ ਹੱਥ ਜੋੜਦਾ ਇਹ ਸ਼ਖਸ ਪੰਜਾਬੀ ਗਾਇਕ ਸਤਵਿੰਦਰ ਸਿੰਘ ਬੁੱਗਾ ਦਾ ਭਰਾ ਦਵਿੰਦਰ ਸਿੰਘ ਭੁੱਲਾ, ਜਿਸ ਦੀ ਪਤਨੀ ਦੀ ਸ਼ਨੀਵਾਰ ਰਾਤ ਮੌਤ ਹੋ ਗਈ ਤੇ ਉਸ ਦੀ ਮੌਤ ਦਾ ਜ਼ਿੰਮੇਵਾਰ ਸਿੰਗਰ ਨੂੰ ਦੱਸਿਆ ਜਾ ਰਿਹਾ ਹੈ। ਦਰਅਸਲ ਫਤਿਹਗੜ੍ਹ ਸਾਹਿਬ ਦੇ ਪਿੰਡ ਮੁਕਾਰੋਪੁਰ ਦੇ ਰਹਿਣ ਵਾਲੇ ਪੰਜਾਬੀ ਗਾਇਕ ਸਤਵਿੰਦਰ ਬੁੱਗਾ ਦਾ ਆਪਣੇ ਭਰਾ ਦੇ ਨਾਲ ਕਾਫੀ ਲੰਬੇ ਸਮੇਂ ਤੋਂ ਜ਼ਮੀਨ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ। ਸ਼ਨੀਵਾਰ ਰਾਤ ਨੂੰ ਦੋਵਾਂ ਵਿਚਾਲੇ ਝਗੜਾ ਹੋ ਗਿਆ ਤੇ ਗੁੱਸੇ 'ਚ ਉਹਨਾਂ ਨੇ ਆਪਣੀ ਭਾਬੀ ਅਮਰਜੀਤ ਕੌਰ ਨੂੰ ਧੱਕਾ ਦੇ ਦਿੱਤਾ, ਜਿਸ ਤੋਂ ਬਾਅਦ ਉਹਨਾਂ ਦੀ ਹਾਲਤ ਵਿਗੜ ਗਈ। ਪਰਿਵਾਰ ਉਹਨਾਂ ਨੂੰ ਹਸਪਤਾਲ ਲੈ ਕੇ ਪਹੁੰਚਿਆ ਤਾਂ ਉਹਨਾਂ ਨੂੰ ਚੰਡੀਗੜ੍ਹ ਸੈਕਟਰ 32 ਹਸਪਤਾਲ ਰੈਫਰ ਕਰ ਦਿੱਤਾ ਗਿਆ, ਜਿੱਥੇ ਡਾਕਟਰਾਂ ਨੇ ਉਹਨਾਂ ਨੂੰ ਮ੍ਰਿਤ ਐਲਾਨ ਦਿੱਤਾ। ਮੈਨੂੰ ਉਜਾੜ ਕੇ ਰੱਖਦਾ ਮੁੱਗੇ, ਓ ਮੇਰੀ ਮੇਰੀ ਜਾਨ ਨੂੰ ਮਾਰਤਾ ਮੁੱਗੇ ਨੇ ਧੱਕਾ ਦਿੱਤਾ। ਉਹ ਮੁੱਗੇ ਦੇ ਕੁੜਮ ਦੇ ਭਾਈ ਨਾਲ ਬਹਿਸਦੀ ਸੀ, ਉਹ ਮੁੱਗੇ ਨੇ ਗੁੱਸੇ 'ਚ ਆ ਕੇ ਉਹਨੂੰ ਧੱਕਾ ਦੇ ਦਿੱਤਾ। ਉਹ ਪਿੱਛੇ ਨੂੰ ਗਿਰ ਗਈ, ਗਿਰ ਕੇ ਬੇਹੋਸ਼ ਹੋ ਗਈ। ਉਧਰ ਮਾਮਲੇ 'ਚ ਗਾਇਕ ਦਾ ਕਹਿਣਾ ਹੈ ਕਿ ਹਮਲਾ ਮੈਂ ਨਹੀਂ ਉਹਨਾਂ ਨੇ ਕੀਤਾ ਸੀ, ਸਾਡਾ ਲੰਬੇ ਸਮੇਂ ਤੋਂ ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ। ਕਤਲ ਦੇ ਇਲਜ਼ਾਮਾਂ ਤੇ ਬੁੱਗਾ ਦਾ ਕਹਿਣਾ ਹੈ ਕਿ ਇਹ ਇਲਜ਼ਾਮ ਸਰਾਸਰ ਝੂਠੇ ਤੇ ਬੇਬੁਨਿਆਦ ਨੇ। ਇਲਜ਼ਾਮ ਨੇ ਜਿਹੜੇ ਇਹ ਇਲਜ਼ਾਮ ਨੇ ਸਰਾਸਰ ਝੂਠ ਨੇ, ਬੇਬੁਨਿਆਦ ਨੇ। ਉੱਥੇ SHO ਸਾਹਿਬ ਆਪਣੀ ਪਾਰਟੀ ਦੇ ਨਾਲ ਖੜੇ ਨੇ, ਜਿੱਥੇ 10 ਮੁਲਾਜ਼ਮ ਬੰਦੇ ਖੜੇ ਨੇ। ਮੈਂ ਉਹਨਾਂ ਨੂੰ ਸਮਝਾ ਰਿਹਾ ਹਾਂ ਕਿ ਹਾਂਜੀ ਆਹ ਕਿਆਰੀ ਇਹਨਾਂ ਦੀ ਹੈ, ਆਹ ਕਿਆਰੀ ਮੇਰੀ ਹੈ, ਸਾਡੀ ਉਹਦੇ ਵੱਲ ਪਿੱਠ ਹੈ, ਸਾਰਿਆਂ ਦੀ ਪਿੱਠ ਦੇ ਪਿੱਛੇ ਉਹਦੀ ਵਾਈਫ ਖੜੀ ਹੈ। ਅਤੇ ਉੱਥੇ ਉਹ ਅਚਾਨਕ ਡਿੱਗ ਜਾਂਦੀ ਹੈ, ਉਹਨੂੰ ਫਿੱਟ ਪੈਂਦੇ ਸੀਗੇ, ਦੌਰੇ ਪੈਂਦੇ ਸੀਗੇ, ਉੱਥੇ ਕੋਈ ਦੌਰਾ ਪੈ ਗਿਆ ਤੇ ਫਤਿਹਗੜ੍ਹ ਸਾਹਿਬ ਵਾਲਿਆਂ ਨੇ ਉਹ ਚੰਡੀਗੜ੍ਹ ਰੈਫਰ ਕਰਤਾ ਉਹਨਾਂ ਨੂੰ, ਤੇ ਉਹਨਾਂ 'ਚ ਜਾਂਦੇ ਜਾਂਦੇ ਚੰਡੀਗੜ੍ਹ ਨੂੰ ਉਹ ਪੂਰੇ ਹੋ ਗਏ। ਉੱਧਰ ਪੁਲਿਸ ਦਾ ਕਹਿਣਾ ਹੈ ਕਿ ਮ੍ਰਿਤਕ ਦੀ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਹੀ ਮੌਤ ਦੇ ਅਸਲੀ ਕਾਰਨਾਂ ਦਾ ਪਤਾ ਲੱਗੇਗਾ, ਜਿਸ ਦੇ ਆਧਾਰ ਤੇ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ। ਜੋ ਇਸ ਤੋਂ ਬਾਅਦ ਪੋਸਟਮਾਰਟਮ ਦੀ ਰਿਪੋਰਟ ਹੋਏਗੀ, ਉਸ ਹਿਸਾਬ ਨਾਲ ਅਸੀਂ ਅਗਲੀ ਬਣਦੀ ਕਾਨੂੰਨੀ ਕਾਰਵਾਈ ਕਰਾਂਗੇ। ਕਿ ਸਾਡੇ ਸੁਰਤ ਤੋਂ ਆਈਗੀ, ਸਮਝ ਕਿੱਥੇ ਲੱਗੀ ਹੈ ਜੀ? ਨਹੀਂ, ਹਜੇ ਤੱਕ ਸਾਡੇ ਕੋਲ ਕੋਈ ਰਿਪੋਰਟ ਨਹੀਂ, ਮੈਡੀਕਲ ਰਿਪੋਰਟ ਜਦੋਂ ਆਏਗੀ ਅਸੀਂ ਉਸ ਬੇਸਿਸ ਤੇ ਕਰਾਂਗੇ। ਗਾਇਕ ਦੇ ਲੱਗ ਰਹੇ ਇਲਜ਼ਾਮਾਂ 'ਚ ਕਿੰਨੀ ਸੱਚਾਈ ਹੈ, ਭਰਜਾਈ ਦੀ ਮੌਤ ਦੇ ਪਿੱਛੇ ਅਸਲੀ ਕਾਰਨ ਕੀ ਸਨ, ਇਹ ਜਾਂਚ ਤੋਂ ਬਾਅਦ ਹੀ ਸਾਫ਼ ਹੋਵੇਗਾ। ਫਿਲਹਾਲ ਪੁਲਿਸ ਪਰਿਵਾਰ ਨੂੰ ਬਣਦੀ ਕਾਰਵਾਈ ਦਾ ਭਰੋਸਾ ਦੇ ਰਹੀ ਹੈ। ਫਤਿਹਗੜ੍ਹ ਸਾਹਿਬ ਤੋਂ ਗੁਰਦੀਪ ਸਿੰਘ, ਨਿਊਜ਼ 18 ਪੰਜਾਬ। ਪੁਲਿਸ ਦੇ ਅੱਗੇ ਰੋਂਦਾ ਕੁਰਲਾਉਂਦਾ ਹੱਥ ਜੋੜਦਾ ਇਹ ਸ਼ਖਸ ਪੰਜਾਬੀ ਗਾਇਕ ਸਤਵਿੰਦਰ ਸਿੰਘ ਬੁੱਗਾ ਦਾ ਭਰਾ ਦਵਿੰਦਰ ਸਿੰਘ ਭੁੱਲਾ, ਜਿਸ ਦੀ ਪਤਨੀ ਦੀ ਸ਼ਨੀਵਾਰ ਰਾਤ ਮੌਤ ਹੋ ਗਈ ਤੇ ਉਸ ਦੀ ਮੌਤ ਦਾ ਜ਼ਿੰਮੇਵਾਰ ਸਿੰਗਰ ਨੂੰ ਦੱਸਿਆ ਜਾ ਰਿਹਾ ਹੈ। ਦਰਅਸਲ ਫਤਿਹਗੜ੍ਹ ਸਾਹਿਬ ਦੇ ਪਿੰਡ ਮੁਕਾਰੋਪੁਰ ਦੇ ਰਹਿਣ ਵਾਲੇ ਪੰਜਾਬੀ ਗਾਇਕ ਸਤਵਿੰਦਰ ਬੁੱਗਾ ਦਾ ਆਪਣੇ ਭਰਾ ਦੇ ਨਾਲ ਕਾਫੀ ਲੰਬੇ ਸਮੇਂ ਤੋਂ ਜ਼ਮੀਨ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ। ਸ਼ਨੀਵਾਰ ਰਾਤ ਨੂੰ ਦੋਵਾਂ ਵਿਚਾਲੇ ਝਗੜਾ ਹੋ ਗਿਆ ਤੇ ਗੁੱਸੇ 'ਚ ਉਹਨਾਂ ਨੇ ਆਪਣੀ ਭਾਬੀ ਅਮਰਜੀਤ ਕੌਰ ਨੂੰ ਧੱਕਾ ਦੇ ਦਿੱਤਾ, ਜਿਸ ਤੋਂ ਬਾਅਦ ਉਹਨਾਂ ਦੀ ਹਾਲਤ ਵਿਗੜ ਗਈ। ਪਰਿਵਾਰ ਉਹਨਾਂ ਨੂੰ ਹਸਪਤਾਲ ਲੈ ਕੇ ਪਹੁੰਚਿਆ ਤਾਂ ਉਹਨਾਂ ਨੂੰ ਚੰਡੀਗੜ੍ਹ ਸੈਕਟਰ 32 ਹਸਪਤਾਲ ਰੈਫਰ ਕਰ ਦਿੱਤਾ ਗਿਆ, ਜਿੱਥੇ ਡਾਕਟਰਾਂ ਨੇ ਉਹਨਾਂ ਨੂੰ ਮ੍ਰਿਤ ਐਲਾਨ ਦਿੱਤਾ। ਮੈਨੂੰ ਉਜਾੜ ਕੇ ਰੱਖਦਾ ਮੁੱਗੇ, ਓ ਮੇਰੀ ਮੇਰੀ ਜਾਨ ਨੂੰ ਮਾਰਤਾ ਮੁੱਗੇ ਨੇ ਧੱਕਾ ਦਿੱਤਾ। ਉਹ ਮੁੱਗੇ ਦੇ ਕੁੜਮ ਦੇ ਭਾਈ ਨਾਲ ਬਹਿਸਦੀ ਸੀ,
ਉਹ ਬੁੱਗੇ ਨੇ ਗੁੱਸੇ ਚ ਆ ਕੇ ਉਹਨੂੰ ਧੱਕਾ ਦਿੱਤਾ, ਉਹ ਪਿੱਛੇ ਨੂੰ ਗਿਰ ਗਈ, ਗਿਰ ਕੇ ਬੇਹੋਸ਼ ਹੋ ਗਈ। ਉਧਰ ਮਾਮਲੇ 'ਚ ਗਾਇਕ ਦਾ ਕਹਿਣਾ ਹੈ ਕਿ ਹਮਲਾ ਮੈਂ ਨਹੀਂ, ਉਹਨਾਂ ਨੇ ਕੀਤਾ ਸੀ। ਸਾਡਾ ਲੰਬੇ ਸਮੇਂ ਤੋਂ ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ। ਕਤਲ ਦੇ ਇਲਜ਼ਾਮਾਂ 'ਤੇ ਬੁੱਗਾ ਦਾ ਕਹਿਣਾ ਹੈ ਕਿ ਇਹ ਇਲਜ਼ਾਮ ਸਰਾਸਰ ਝੂਠੇ ਅਤੇ ਬੇਬੁਨਿਆਦ ਨੇ। ਇਲਜ਼ਾਮ ਨੇ ਜਿਹੜੇ ਇਹ ਇਲਜ਼ਾਮ ਨੇ ਸਰਾਸਰ ਝੂਠ ਨੇ, ਬੇਬੁਨਿਆਦ ਨੇ। ਉੱਥੇ ਐਸ ਐਚ ਓ ਸਾਹਿਬ ਆਪਣੀ ਪਾਰਟੀ ਦੇ ਨਾਲ ਖੜੇ ਨੇ, ਜਿੱਥੇ 10 ਮੁਲਾਜ਼ਮ ਬੰਦੇ ਖੜੇ ਨੇ। ਮੈਂ ਉਹਨਾਂ ਨੂੰ ਸਮਝਾ ਰਿਹਾ ਹੈ ਕਿ ਹਾਂਜੀ ਆਹ ਕਿਆਰੀ ਇਹਨਾਂ ਦੀ ਹੈ, ਆਹ ਕਿਆਰੀ ਮੇਰੀ ਹੈ, ਸਾਡੀ ਉਹਦੇ ਵੱਲ ਪਿੱਠ ਹੈ, ਸਾਰਿਆਂ ਦੀ ਪਿੱਠ ਦੇ ਪਿੱਛੇ ਉਹਦੀ ਵਾਈਫ ਖੜੀ ਹੈ। ਅਤੇ ਉੱਥੇ ਉਹ ਅਚਾਨਕ ਡਿੱਗ ਜਾਂਦੀ ਹੈ, ਉਹਨੂੰ ਫਿੱਟ ਪੈਂਦੇ ਹੈ, ਫਿੱਟ ਪੈਂਦੇ ਸੀਗੇ, ਦੌਰੇ ਪੈਂਦੇ ਸੀਗੇ, ਉੱਥੇ ਕੋਈ ਦੌਰਾ ਪੈ ਗਿਆ ਅਤੇ ਫਤਿਹਗੜ੍ਹ ਸਾਹਿਬ ਵਾਲਿਆਂ ਨੇ ਉਹ ਚੰਡੀਗੜ੍ਹ ਰੈਫਰ ਕਰਤਾ ਉਹਨਾਂ ਨੂੰ। ਅਤੇ ਉਹਨਾਂ 'ਚ ਜਾਂਦੇ ਜਾਂਦੇ ਚੰਡੀਗੜ੍ਹ ਨੂੰ ਉਹ ਪੂਰੇ ਹੋ ਗਏ। ਉੱਧਰ ਪੁਲਿਸ ਦਾ ਕਹਿਣਾ ਹੈ ਕਿ ਮ੍ਰਿਤਕ ਦੀ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਹੀ ਮੌਤ ਦੇ ਅਸਲੀ ਕਾਰਨਾਂ ਦਾ ਪਤਾ ਲੱਗੇਗਾ, ਜਿਸ ਦੇ ਆਧਾਰ 'ਤੇ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ। ਜੋ ਇਸ ਤੋਂ ਬਾਅਦ ਪੋਸਟਮਾਰਟਮ ਦੀ ਰਿਪੋਰਟ ਹੋਏਗੀ, ਉਸ ਹਿਸਾਬ ਨਾਲ ਅਸੀਂ ਅੱਗੇ ਬਣਦੀ ਕਾਨੂੰਨੀ ਕਾਰਵਾਈ ਕਰਾਂਗੇ। ਕੀ ਸਾਡੇ ਕੀ ਸੂਰਤ ਤੋਂ ਆਈ ਕਿ ਸਮਝ ਕਿੱਥੇ ਰੱਖੀ ਹੈ ਜੀ? ਨਹੀਂ, ਹਜੇ ਤੱਕ ਸਾਡੇ ਕੋਲ ਕੋਈ ਰਿਪੋਰਟ ਨਹੀਂ ਹੈ। ਮੈਡੀਕਲ ਰਿਪੋਰਟ ਜਦੋਂ ਆਏਗੀ ਅਸੀਂ ਉਸ ਬੇਸਿਸ 'ਤੇ ਕਰਾਂਗੇ। ਗਾਇਕ ਦੇ ਲੱਗ ਰਹੇ ਇਲਜ਼ਾਮਾਂ 'ਚ ਕਿੰਨੀ ਸੱਚਾਈ ਹੈ, ਪਰਚਾਈ ਦੀ ਮੌਤ ਦੇ ਪਿੱਛੇ ਅਸਲੀ ਕਾਰਨ ਕੀ ਸਨ, ਇਹ ਜਾਂਚ ਤੋਂ ਬਾਅਦ ਹੀ ਸਾਫ ਹੋਵੇਗਾ। ਫਿਲਹਾਲ ਪੁਲਿਸ ਪਰਿਵਾਰ ਨੂੰ ਬਣਦੀ ਕਾਰਵਾਈ ਦਾ ਭਰੋਸਾ ਦੇ ਰਹੀ ਹੈ। ਫਤਿਹਗੜ੍ਹ ਸਾਹਿਬ ਤੋਂ ਗੁਰਦੀਪ ਸਿੰਘ, ਨਿਊਜ਼ 18 ਪੰਜਾਬ।